अपन गल कर लेंगे व्हाट एवर बेस्ट पॉसिबल ट्रीटमेंट है गेट इट ये है ना। और मैं पूछ भी लेना डॉक्टर साहब कब कितना मतलब ट्रीटमेंट व्हाट इज कितना मतलब हॉस्पिटलाइज ही बीन हॉस्पिटलाइज फॉर ऑलमोस्ट सो मेनी डेज। ਜਿਹੜੇ ਮੁਲਾਜ਼ਮ ਦੀ ਗੱਲ ਕਰਦੇ ਪਏ ਨੇ ਉਹਨਾਂ ਦਾ ਪਛਾਣ ਹੋਈ ਕਿ ਕਿੱਥੋਂ ਦੇ ਉਹ ਹੈਗੇ ਨੇ ਕਿੱਥੋਂ ਡਿਊਟੀ ਕਰਨ ਆਏ ਤੇ ਕੀ ਨਾਮ ਉਹੀ ਮੈਂ ਵੀ ਆਰ ਟ੍ਰਾਈਂਗ ਟੂ ਆਇਡੈਂਟੀਫਾਈ ਕਿ ਕਿਹੜਾ ਮੁਲਾਜ਼ਮ ਸੀ ਹੈ ਨਾ ਕਿਉਂਕਿ ਸਾਡੇ ਕੋਲ ਨਾ ਮੈਡਮ 5 ਦਿਨ ਹੋ ਗਏ ਨੇ ਹਾਲੇ ਤੱਕ ਫੋਟੋਆਂ ਵੀ ਮੈਮ ਉਹਦੀਆਂ ਆ ਚੁੱਕੀਆਂ ਨੇ। ਮੈਂ ਕੀ ਕਹਿ ਰਹੀ ਹਾਂ ਮੈਂ ਕਿ ਮੈਂ ਇਹ ਨਹੀਂ ਕਹਿਣਾ ਕਿ ਵੀ ਵਰ ਨਾਟ ਡੂਇੰਗ ਬਟ ਵੀ ਵਰ ਲਿਟਲ ਬਿਜ਼ੀ ਡਿਸਟਰੈਕਟਿਡ ਫੋਰ ਅਦਰ ਅਸੀਂ ਜਿਹੜਾ ਹੋਰ ਕੰਮ ਹੈ ਉਹਦੇ ਵਾਸਤੇ ਹਾਂ ਤਰਨ ਤਾਰਨ ਨੂੰ ਆਪਸ ਅਸੀਂ ਫਾਰਵਰਡ ਕੀਤੀ ਹੋਈ ਕਿ ਤੁਸੀਂ ਆਇਡੈਂਟੀਫਾਈ ਹੋ ਕਿਹੜਾ ਕਿਹੜਾ ਬੰਦਾ ਸੀ ਉਹ ਅਭੀ ਤੱਕ ਆਇਆ ਨਹੀਂ ਉਹਨਾਂ ਦਾ ਰਿਪਲਾਈ ਮੈਂ ਇਨਸਾਫ ਮਿਲਣਾ ਚਾਹੀਦਾ ਮੈਮ ਦੋਨਾਂ ਨੂੰ ਔਨ ਡਿਊਟੀ ਸੀਗੇ ਦੇਖੋ ਪ੍ਰਕਾਸ਼ ਸੱਚ ਕੋਈ ਦੇਖੋ ਮੇਰੀ ਗੱਲ ਸੁਣੋ ਉਸ ਦਿਨ ਸਵੇਰੇ ਮੈਂ ਇਹਨਾਂ ਨੂੰ ਜਦ ਇਹਨਾਂ ਨੇ ਮੇਰੇ ਨੋਟਿਸ 'ਚ ਇਹ ਗੱਲ ਆਈ ਮੈਂ ਉਸੇ ਵੇਲੇ ਇਹਦਾ ਹੱਥ ਦੇਖ ਕੇ ਕਿਹਾ ਸੀ ਕਿ ਤੁਸੀਂ ਬੇਟੇ ਜਾ ਕੇ ਆਪਣਾ ਇਲਾਜ ਕਰਾ ਬਦਰ ਹੈ ਨਾ ਇਹਨਾਂ ਨੂੰ ਵੀ ਮੈਂ ਚਲੋ ਮੈਨੂੰ ਕੋਈ ਇਹ ਨਹੀਂ ਪਤਾ ਤਾਂ ਇਹਨਾਂ ਦਾ ਕਾਰ ਇਅਰ ਡੈਮੇਜ ਹੋਇਆ ਜਾਂ ਕੀ ਹੋਇਆ ਇਹ ਬੱਚੇ ਦਾ ਮੈਂ ਹੱਥ ਆਈ ਵਾਟ ਸੀ ਹਿਸ ਹੈ ਨਾ ਸੋ ਆਈ ਮੇਰੀ ਗੱਲ ਵੀ ਹੋਈ ਸੀ ਉਹ ਤੁਸੀਂ ਦੱਸਿਆ ਸੀਗਾ बबन करा लो ਜਿਹੜਾ ਉਹ ਮੁਲਾਜ਼ਮ ਦੇ ਹੱਥ 'ਚ ਲੋਹੇ ਦੀ ਰਾਡ ਵਾਲਾ ਡੰਡਾ ਸੀ ਉਹ ਅੱਛਾ ਨਹੀਂ ਦੈਟ ਇਜ਼ ਵਾਟ ਆਈ ਐਮ ਸੇਇੰਗ ਨਾ ਕਿ ਜਿਹੜਾ ਕੋਈ ਵਰਤ ਸਕਦਾ ਹੈ ਕਿ ਨਹੀਂ ਪਹਿਲੀ ਬਾਤ ਤੋਂ ਬਿਨਾ ਨਾ ਆਪਣੇ ਸੀਨੀਅਰ ਅਫਸਰ ਕੇ ਉਹ ਵਰਤ ਨਹੀਂ ਸਕਦੇ ਤੁਸੀਂ ਹੈ ਨਾ ਨਾਟ ਵਿਦਆਊਟ ਸੀਨੀਅਰ ਅਫਸਰਸ ਪਰਮਿਸ਼ਨ ਲੇਕਿਨ ਕਿੰਨੇ ਵਰਤਿਆ ਕਿਉਂ ਵਰਤਿਆ ਕੀ ਲੋਡ ਪਈ ਉਹ ਮੈਂ ਲੈਟ ਮੀ ਇਨਕੁਆਇਰ ਇਨਟੂ ਇਟ ਹੈ ਨਾ ਉਹ ਆਪਾਂ ਕਈ ਵਾਰੀ ਨਾ ਮਾਹੌਲ ਇਦਾਂ ਦਾ ਹੋ ਜਾਂਦਾ ਹੈ ਕਿ ਸਮ ਥਿੰਗਸ ਗੋ ਆਊਟ ਆਫ ਕੰਟਰੋਲ ਹੈ ਨਾ ਸੋ ਲੈਟ ਮੀ ਆਈ ਐਮ ਵੈਰੀ ਸੌਰੀ ਕਿ ਤੁਹਾਡਾ ਇਹ ਨੁਕਸਾਨ ਹੋਇਆ ਹੈ ਨਾ ਅਸੀਂ ਵੀ ਨਹੀਂ ਚਾਹੁੰਦੇ ਕਿ ਕੋਈ ਇਦਾਂ ਦਾ ਨੁਕਸਾਨ ਹੋ ਵੀ ਦੇਖੋ ਆਲ ਆਫ ਅਸ ਆਰ ਹਿਊਮਨ ਬੀਇੰਗਸ ਤੁਹਾਡੇ ਮੈਡਮ ਇੰਨੀ ਗੱਲ ਮੰਨਦੇ ਹੋ ਕਿ ਪੁਲਿਸ ਵਾਲੇ ਕੋਲੋਂ ਹੀ ਇਹ ਜਿਹੜਾ ਸਾਰਾ ਹੋਇਆ ਨਹੀਂ ਆਮ ਵੈਰੀਫਾਈਂਗ ਇਨਟੂ ਇਟ ਹੈ ਨਾ ਕਿਉਂਕਿ ਇਹ ਕਹਿ ਰਹੇ ਬਾਹਰ ਵਾਲੀ ਪੁਲਿਸ ਹੈ ਲੈਟ ਮੀ ਵੈਰੀਫਾਈ ਐਂਡ ਕ੍ਰੋਸ ਹੈ ਨਾ ਵੈਰੀਫਾਈ ਕਰ ਲੈਂਦੇ ਕਿ ਉਹ ਸਾਡੇ ਹੀ ਬੰਦਾ ਤਾਂ ਇਹ ਕਹਿ ਰਹੇ ਤੇ ਕਿਉਂਕਿ ਮੇਰੇ ਕੋਲ ਆਦਾ ਸਿਵਲ ਡਿਊਟੀ ਸਿਵਲ ਪਰਦੀ ਸੀ ਮੈਡਮ ਮੈਂ ਤਾਂ ਸਵਾਲ ਕੀਤਾ ਸੀ ਵਾਰ ਨਹੀਂ ਪਾਈ ਹੋਈ ਮੈਂ ਤਾਂ ਸਵਾਲ ਕੀਤਾ ਸੀ ਕਿਉਂਕਿ ਕਹਿ ਰਹੇ ਸੀ ਕਿ ਪੁਲਿਸ ਫਲੈਗ ਮਾਰਚ ਕਰ ਰਹੀ ਹੈ ਤਾਂ ਫਲੈਗ ਮਾਰਚ ਦੇ ਵਿੱਚ ਉਸ ਡੰਡੇ ਦੀ ਕੀ ਜ਼ਰੂਰਤ ਪੈ ਗਈ ਰੋਡ ਨਹੀਂ ਨਹੀਂ ਦੇਖੋ ਫਲੈਗ ਮਾਰਚ ਦੇ ਵਿੱਚ ਅਸੀਂ ਕੈਰੀ ਕਰਦੇ ਆ ਇਹ ਜਿਹੜੀ ਦੇਖੋ ਅਸੀਂ ਲਾਠੀ ਔਰ ਕੇਨ ਸ਼ੀਲਡ ਆਪਾਂ ਕੈਰੀ ਕਰਦੇ ਆ ਅੱਜ ਵੀ ਕੈਰੀ ਉਹ ਨਾ ਦੇਖੋ ਆਪ ਉਹ ਆਪਾਂ ਬਾਅਦ ਚ ਗੱਲ ਕਰ ਲੈਂਦੇ ਆ ਆਊਟ ਆਫ ਕੈਮਰਾ ਕਿ ਆਪਾਂ ਉਹ ਕਿਉਂ ਆਪਾਂ ਡਰਿਲ ਕਰਦੇ ਆ ਠੀਕ ਅਸੀਂ 15 ਵਾਰੀ ਗਿਆ ਅਸੀਂ ਤੁਹਾਡੇ ਨਾਲ ਪੂਰੇ ਸਹਿਮਤ ਨਹੀਂ ਕੋਈ ਗੱਲ ਨਹੀਂ ਅਸੀਂ ਵਿਆਹ ਦੇ ਯਾਰ ਵੇਟ ਕਰੋ ਦੇਖੋ ਪਹਿਲੀ ਗੱਲ ਤੋਂ ਜਦ ਤੱਕ ਇਨਕਾ ਆਈਮੀਆਈ ਸਰਚ ਨਹੀਂ ਹੋ ਰਹਾ ਯੂ ਹੈਵ ਟੂ ਹੈਂਡ ਓਵਰ ਨਾ ਮੋਬਾਈਲ ਤੇ ਮੈਡਮ ਇੱਕ ਮੰਗਿਆ ਇਹਨਾਂ ਦਾ ਬਿਆਨ ਦਰਜ ਕੀਤੇ ਜਾਂਦੇ ਆ ਹਾਂ ਕੋਈ ਨਹੀਂ ਵੀਲ ਰਿਕਾਰਡ ਕਰ ਲਿਓ ਸਿਮਾ ਜੀ ਨਾਲ ਠੀਕ ਹੈ ਕਰਾਂਗੇ ਠੀਕ ਹੈ ਔਰ ਜਸਟ